ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਦੇ ਹਿੱਸੇ ਵਿੱਚ ਮੇਰੇ ਨਾਲ ਸਾਥ ਦੇਣਗੇ ਭਾਈ ਜਸਬੀਰ ਸਿੰਘ ਜੀ, ਜਿਹੜੇ ਸਾਡੇ ਮਹਿਮਾਨ ਨੇ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਂਕੂਵਰ ਤੋਂ। ਅਸੀਂ ਹਮੇਸ਼ਾ ਹੀ ਇਹ ਪ੍ਰੇਰਦੇ ਹਾਂ ਕਿ ਕੋਈ ਵੀ ਤੁਹਾਡੇ ਕੋਲ ਸਵਾਲ ਹੋਏ ਜਾਂ ਕੋਈ ਤੁਸੀਂ ਕੁਝ ਪੁੱਛਣਾ ਚਾਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ। ਸੋ ਧੰਨਵਾਦ ਹੀ ਅਸੀਂ ਸਿਲਵੀਆ ਕੌਰ ਦੇ, ਜਿਹੜੇ ਕਿ ਐਬਟਸਫੋਰਡ ਤੋਂ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਸ਼ਬਦ ਦੇ ਬਾਰੇ ਭਾਈ ਸਾਹਿਬ ਤੋਂ ਵਿਆਖਿਆ ਕਰਵਾਈ ਜਾਏ। ਸੋ ਸ਼ਬਦ ਜੋ ਉਹਨਾਂ ਨੇ ਭੇਜਿਆ ਉਹ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਹੈ। ਹੁਕਮ ਦਾ ਜਿਹੜਾ ਕੋਨਸੈਪਟ ਹੈਗਾ ਹੈ ਕੀ ਹੈ ਅਤੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ, ਆਓ ਜਾਣਕਾਰੀ ਲੈਂਦੇ ਹਾਂ ਭਾਈ ਜਸਬੀਰ ਸਿੰਘ ਜੀ ਤੋਂ। ਭਾਈ ਸਾਹਿਬ ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਹੁਕਮ ਦਾ ਜਿਹੜਾ ਕੋਨਸੈਪਟ ਹੈ ਬੜਾ ਇੱਕ ਯੂਨੀਕ ਕੋਨਸੈਪਟ ਹੈ ਕਿ ਉਸਦੀ ਰਜ਼ਾ ਵਿੱਚ ਉਸਦੇ ਹੁਕਮ ਵਿੱਚ ਰਹੀਏ। ਤਾਂ ਹੁਕਮ ਅਸਲ ਵਿੱਚ ਹੈ ਕੀ ਹੈ? ਕੀ ਹੁਕਮ ਨੂੰ ਅਸੀਂ ਜੇ ਸਮਝ ਜਾਈਏ ਤਾਂ ਕੁਝ ਸਾਡੇ ਜੀਵਨ ਦੇ ਵਿੱਚ ਜਿਉਣ ਦਾ ਤਰੀਕਾ ਸਾਡਾ ਬਦਲ ਸਕਦਾ ਹੈ, ਇਸ ਮਤਲਬ ਸਾਨੂੰ ਦੱਸੋ ਜੀ। ਹਾਂ, ਜਿਹੜੀ ਇਹ ਪੰਕਤੀ ਤੁਸੀਂ ਬੋਲੀ ਆ ਇਹ ਜਪਜੀ ਦੀ ਦੂਜੀ ਪੌੜੀ ਆ। ਠੀਕ, ਇਸ ਦੂਜੀ ਪੌੜੀ ਦੀ ਇੱਕ ਪੰਕਤੀ ਆ ਜੀ। ਇਹਦੇ 'ਚ ਆਮ ਤੌਰ 'ਤੇ ਜਿਹੜੇ ਹੁਕਮ ਦੀ ਗੱਲ ਤਾਂ ਹੁੰਦੀ ਹੈ, ਜਿਹੜੇ ਆਮ ਤੌਰ 'ਤੇ ਵੀਰ ਭੈਣ ਉਹਨਾਂ ਦੇ ਜ਼ਿਹਨ ਵਿੱਚ ਇਹ ਗੱਲ ਆਉਂਦੀ ਆ, ਉਹ ਜਿਹੜੀ ਵਿਸ਼ੇਸ਼ ਤੌਰ 'ਤੇ ਉਹਨਾਂ ਨੂੰ ਜਿਹੜੀ ਗੱਲ ਜਿਹੜੀ ਆ ਉਹ ਜ਼ਿਆਦਾ ਚਿੰਤਿਤ ਕਰਦੀ ਆ ਜਾਂ ਸੋਚਣ ਲਈ ਮਜਬੂਰ ਕਰਦੀ ਆ, ਉਹ ਵੀ ਜਿਹੜੇ ਉੱਚ ਜਾਂ ਨੀਚ ਜਿਹੜਾ ਕਨਸੈਪਟ ਆ, ਜੋ ਧਾਰਨਾ ਜੋ ਮਨੋਰਥ ਸਮਾਜ ਵਿੱਚ ਬਣੀ ਹੋਈ ਆ ਜੀ, ਵੀ ਕੀ ਇਹ ਵੀ ਹੁਕਮ ਅਨੁਸਾਰ ਹੀ ਆ? ਜ਼ਿਆਦਾ ਦੌਰੇ ਹੋ ਸਕਦਾ ਸ਼ਾਇਦ ਉਹਨਾਂ ਦਾ ਇਹਨਾਂ ਦੇ ਸਵਾਲ ਪੁੱਛਿਆ ਵੀਰ ਜੀ ਨੇ, ਰਾਈਟ, ਹੋ ਸਕਦਾ ਉਹ ਪਿੱਛੇ ਜਿਹੜੀ ਜ਼ਿਆਦਾਤਰ ਜਿਹੜੀ ਫੋਕਸ ਕੀਤਾ ਹੋਵੇ ਉਹਨਾਂ ਨੇ ਜੀ, ਤਾਂ ਉਹ ਇਸ ਚੀਜ਼ 'ਤੇ ਕੀਤਾ ਹੋਵੇ, ਇਹ ਆਮ ਕਿਉਂਕਿ ਆਮ ਹੀ ਐਸਾ ਕਰਦੇ ਆ, ਰਾਈਟ। ਤਾਂ ਇਸ ਤੋਂ ਪਹਿਲਾਂ ਹੁਕਮ ਦੀ ਗੱਲ ਕਰਨ ਤੋਂ ਪਹਿਲਾਂ ਜਿਹੜਾ ਊਚ ਨੀਚ ਦੀ ਗੱਲ ਆ, ਥੋੜ੍ਹਾ ਜਿਹਾ ਉਹਨੂੰ ਪਹਿਲਾਂ ਆਪਾਂ ਸਮਝ ਲਈਏ। ਬਿਲਕੁਲ, ਗੁਰਬਾਣੀ ਵਿੱਚ ਜਿਹੜੀ ਆਮ ਧਾਰਨਾ ਲੋਕਾਂ ਦੀ ਬਣੀ ਹੋਈ ਸੀ ਜੀ ਕਿ ਕੋਈ ਜਨਮ ਤੋਂ ਹੀ ਉੱਚਾ ਜਾਂ ਨੀਵਾਂ, ਇਹ ਤਾਂ ਗੁਰਬਾਣੀ ਥੋੜ੍ਹੀ ਜਿਹੀ ਵੀ ਸਮਝਣ ਵਾਲਾ ਚੰਗੀ ਤਰ੍ਹਾਂ ਇਸ ਤੋਂ ਜਾਣੂ ਆ ਕਿ ਗੁਰਬਾਣੀ ਨੇ ਇਸ ਚੀਜ਼ ਨੂੰ ਮੁੰਡੂ ਵੀ ਰੱਦ ਕੀਤਾ। ਠੀਕ, ਕਿ ਜਨਮ ਤੋਂ ਕੋਈ ਉੱਚਾ ਜਾਂ ਨੀਵਾਂ ਨਹੀਂ। ਠੀਕ, ਹਾਂ, ਗੁਰਬਾਣੀ ਇਹ ਮੰਨਦੀ ਆ ਕਿ ਕੁਝ ਮਨੁੱਖ ਸੱਚਮੁੱਚ ਬੜੇ ਸ੍ਰੇਸ਼ਟ ਆ, ਉੱਤਮ ਆ, ਪੂਜਨ ਯੋਗ ਆ, ਸਨਮਾਨ ਯੋਗ ਆ, ਅਤੇ ਕੁਝ ਜਿਹੜੇ ਇਨਸਾਨ ਆ ਉਹ ਸੱਚਮੁੱਚ ਬਹੁਤ ਹੀ ਨੀਚ ਆ, ਪਰ ਇਹਨਾਂ ਦਾ ਆਧਾਰ ਜਿਹੜਾ ਉਹ ਜਨਮ ਨੂੰ ਨਹੀਂ ਮੰਨਿਆ, ਕੁੱਲ ਨੂੰ ਨਹੀਂ ਮੰਨਿਆ, ਉਹ ਮਨੁੱਖ ਦੇ ਕਰਮ ਨੂੰ ਮੰਨਿਆ, ਮਨੁੱਖ ਦੇ ਕਰੈਕਟਰ ਨੂੰ ਮੰਨਿਆ। ਠੀਕ, ਇਸ ਲਈ ਜਦੋਂ ਨੀਚਪੁਣੇ ਦੀ ਗੱਲ ਆਉਂਦੀ ਆ ਕਿ ਕੋਈ ਮਨੁੱਖ ਬਹੁਤ ਹੀ ਨੀਵਾਂ, ਤਾਂ ਅਸੀਂ ਨਿਤ ਪੜ੍ਹਦੇ ਹਾਂ ਸੋਦਰ ਵਿੱਚ, ਖਸਮ ਵਸਾਰ ਹੈ ਅਤੇ ਇੱਕ ਮਜਾਤ ਨਾਨਕ ਨਾਵੇਂ ਵਾਸਨਾਥ, ਕਿ ਨੀਵਾਂ ਕੌਣ ਆ, ਨੀਚ ਕੌਣ ਆ ਜੀ, ਕਿ ਜਿਹੜਾ ਸੱਚ ਨਾਲੋਂ ਟੁੱਟਾ ਹੋਇਆ, ਰਾਈਟ, ਜਿਹਦੇ ਇਨਸਾਨੀਅਤ ਨਹੀਂ, ਜਿਹੜਾ ਮਨੁੱਖਤਾ ਤੋਂ ਰਹਿਤ ਆ, ਸੱਖਣਾ, ਜੋ ਦੇਖਣ ਨੂੰ ਮਨੁੱਖ ਆ ਪਰ ਅਸਲ ਵਿੱਚ ਮਨੁੱਖਾਂ ਵਾਲੀ ਉਹਦੇ 'ਚ ਕੋਈ ਗੱਲ ਨਹੀਂ, ਰਾਈਟ, ਤੋ ਕਹਿੰਦੇ ਆ ਉਹ ਮਨੁੱਖ ਨੀਵਾਂ। ਐਸੀ ਜੀਵਨ ਯੁਗ ਜਿਉਣ ਵਾਲਾ ਭਾਵੇਂ ਕੋਈ ਕਥਿਤ ਉੱਚ ਜਾਤ ਵਿੱਚੋਂ ਆ, ਚਾਹੇ ਸੋ ਕਾਲ ਨੀਵੀਂ ਜਾਤ ਵਿੱਚੋਂ ਆ, ਉਹਨੂੰ ਨੀਵਾਂ ਹੀ ਆਖਿਆ। ਠੀਕ, ਇਸ ਲਈ ਗੁਰਬਾਣੀ ਵਿੱਚ ਕਿਵੇਂ ਆਮ ਮੇਰੇ ਵੀਰ ਭੈਣ ਕਿਵੇਂ ਇਸ ਪੱਖੋਂ ਵੀ ਕਨਫਿਊਜ਼ ਹੋ ਜਾਂਦੇ ਆ ਕਿ ਗੁਰਬਾਣੀ ਵਿੱਚ ਕਿਤੇ ਕਿਤੇ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਸੱਚਮੁੱਚ ਜਨਮ ਤੋਂ ਹੀ ਨੀਵਾਂ ਮੰਨਿਆ ਹੋਇਆ ਸੀ, ਉਹਨਾਂ ਲਈ ਵੀ ਜਿਹੜਾ ਉਹ ਸ਼ਬਦ ਵਰਤਿਆ ਗਿਆ, ਰਾਈਟ, ਜਾਂ ਖਾਸ ਤੌਰ 'ਤੇ ਭਗਤ ਸਾਹਿਬਾਨ ਆ, ਪਤਿਤ ਜਾਤ ਉੱਤੋਂ ਪਿਆ, ਭਗਤ ਰਵਿਦਾਸ ਜੀ, ਨਾਮਦੇਵ ਜੀ ਇਤਿਹਾਦਿਕ ਇਹਨਾਂ ਮਹਾਂਪੁਰਸ਼ਾਂ ਬਾਰੇ, ਪਰ ਉੱਥੇ ਗੁਰੂ ਸਾਹਿਬਾਨ ਆਪਣੀ ਮਨੌਤ ਦਾ ਜ਼ਿਕਰ ਨਹੀਂ ਕਰ ਰਹੇ, ਉੱਥੇ ਜੋ ਆਮ ਸਮਾਜ ਨੇ ਜੋ ਸੋਚ ਪ੍ਰਵਾਨ ਕਰ ਲਈ ਆ, ਜੋ ਉਹਨਾਂ ਨੇ ਮੰਨਿਆ ਹੋਇਆ ਕਿ ਕੋਈ ਆਦਮੀ ਕੋਈ ਪ੍ਰਾਣੀ ਸੱਚਮੁੱਚ ਜਨਮ ਤੋਂ ਹੀ ਨੀਚ ਆ ਜੀ, ਗੁਰੂ ਸਾਹਿਬ ਉਸ ਸਮੇਂ ਉੱਥੇ ਪ੍ਰਚਲਿਤ ਸ਼ਬਦਾਵਲੀ ਦੀ ਵਰਤੋਂ ਕਰਦੇ ਆ ਇਹ ਲੋਕਾਂ ਨੂੰ ਸਮਝਾਉਣ ਲਈ ਕਿ ਜਿਹਨਾਂ ਤੁਸੀਂ ਜੋ ਸਮਝਦੇ ਹੋ ਕਿ ਇਹ ਮਨੁੱਖ ਜਿਹੜੇ ਆ ਇਸ ਜਨਮ ਤੋਂ ਹੀ ਨੀਵੇਂ ਆ ਜੀ, ਪਰ ਜੇਕਰ ਐਸੇ ਮਨੁੱਖ ਵੀ ਜੇ ਸੱਚ ਨਾਲ ਜੁੜੇ ਹੋਏ ਆ ਤਾਂ ਉਹ ਪਵਿੱਤਰ ਆ, ਮਹਾਨ ਆ, ਇੰਨਾ ਹੀ ਨਹੀਂ ਬਲਕਿ ਉਹਨਾਂ ਮਨੁੱਖਾਂ ਦੇ ਅੱਗੇ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਕਹਾਉਂਦੇ ਆ ਉਹ ਵੀ ਝੁਕਣ ਲਈ ਮਜਬੂਰ ਆ, ਉਹ ਵੀ ਉਹਨਾਂ ਤੋਂ ਉਪਦੇਸ਼ ਲੈਣ ਲਈ ਜਿਹੜੇ ਆ ਉਹ ਆ ਕੇ ਉਹਨਾਂ ਦੇ ਕਦਮਾਂ 'ਚ ਬੈਠੇ ਹੋਏ ਆ, ਰਾਈਟ।
ਇਹਨਾਂ ਭਗਤ ਸਾਹਿਬਾਨ ਦੀਆਂ ਜਿਹੜੀਆਂ ਜੀਵਨੀਆਂ ਉਹ ਸਾਨੂੰ ਪ੍ਰਤੱਖ ਪ੍ਰਮਾਣ ਇਹਨਾਂ ਗੱਲਾਂ ਦਾ ਤੋ ਕੇਵਲ ਇਹ ਦਰਸਾਉਣ ਲਈ ਮਹਾਰਾਜ ਪ੍ਰਚਲਿਤ ਸ਼ਬਦਾਵਲੀ ਦੀ ਵਰਤੋਂ ਕਰਦੇ ਆ ਜੀ। ਪਰ ਜਿੱਥੇ ਉਹ ਆਪਣਾ ਖਿਆਲ ਦਿੰਦੇ ਆ ਕਿ ਕੀ ਤੁਸੀਂ ਵੀ ਮੰਨਦੇ ਹੋ ਕਿ ਸੱਚਮੁੱਚ ਕੋਈ ਜਨਮ ਤੋਂ ਨੀਵਾਂ ਜਾਂ ਉੱਚਾ ਤਾਂ ਉੱਥੇ ਇਨਕਾਰ ਕਰਦੇ ਆ। ਰਾਈਟ। ਔਰ ਇੱਕ ਥਾਂ ਮਹਾਰਾਜ ਦਾ ਫੁਰਮਾਨ ਆ ਕਿ ਜਿਹੜੇ ਭਗਤ ਆ ਭਗਤ ਦਤੇ ਸੀ ਉਤਮਾ ਜਤ ਪਤ ਸ਼ਬਦੇ ਹੋਏ ਕਿ ਜਿਹੜੇ ਪ੍ਰਭੂ ਦੇ ਭਗਤ ਆ ਪ੍ਰਭੂ ਦਾ ਸੇਵਕ ਆ ਜੋ ਵੀ ਸੱਚ ਨਾਲ ਜੁੜਿਆ ਆ ਜੀ ਭਾਵੇਂ ਕਿਸੇ ਵੀ ਵਰਨ ਵਿੱਚੋਂ ਆ ਉਹ ਜਿਹੜੇ ਉਹ ਉੱਤਮ ਆ ਮਹਾਨ ਆ। ਔਰ ਫਿਰ ਇਹਨਾਂ ਨੂੰ ਮਹਾਰਾਜ ਆਖਦੇ ਆ ਕਿ ਸੱਚਮੁੱਚ ਜਿਹੜਾ ਇਹ ਉੱਚੀ ਜਾਤ ਆ ਉੱਤੀ ਕੁੱਲ ਆ ਉਹ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਨੂੰ ਨਸੀਬ ਹੁੰਦੀ ਆ। ਰਾਈਟ। ਕਿਸੇ ਖਾਸ ਘਰਾਣੇ ਨਾਲ ਕਿਸੇ ਜ਼ਾਤ ਨਾਲ ਸੰਬੰਧ ਰੱਖਣ ਨਾਲ ਜਾਂ ਉਹਨਾਂ ਦੀ ਉੱਚੀ ਜਾਤ ਵਾਲਿਆਂ ਦੇ ਜਿਹਨਾਂ ਦਾ ਇਹ ਭਰਮ ਆ ਕਿ ਅਸੀਂ ਉੱਚੀ ਜਾਤ ਦੇ ਹਾਂ ਉੱਚੀ ਕੁੱਲ ਦੇ ਹਾਂ ਉਹਨਾਂ ਦੇ ਘਰ ਜਨਮ ਲੈਣ ਵਾਲਾ ਹੀ ਉੱਚਾ ਨਹੀਂ ਜੀ। ਉੱਚਾ ਮਨੁੱਖ ਉਹ ਆ ਜਿਹਨੇ ਗੁਰੂ ਦੀ ਮੱਤ ਲੈ ਕੇ ਜਿਹੜਾ ਗੁਰਮਤੀਆ ਬਣਿਆ ਔਰ ਗੁਰਮਤਿ ਦੀ ਜ਼ਿੰਦਗੀ ਜਿਉ ਰਿਹਾ। ਰਾਈਟ। ਜਤ ਪਦ ਸ਼ਬਦੇ ਹੋਏ। ਔਰ ਅਗਲੀ ਪੰਕਤੀ ਕਹਿੰਦੇ ਆ ਕਿ ਬਿਨ ਨਾਮ ਹੈ ਸਭ ਨੀਚ ਹੈ ਕਿ ਨਾਮ ਤੋਂ ਬਿਨਾਂ ਸੱਚੀ ਜ਼ਿੰਦਗੀ ਤੋਂ ਬਿਨਾਂ ਸਭ ਨੀਚ ਜਾਤ ਸਾਰੇ ਨੀਵੇਂ ਆ ਬਿਸ਼ਟਾ ਕਾ ਕੀੜਾ ਹੋਏ। ਰਾਈਟ। ਉਹ ਗੰਧ ਦੇ ਕੀੜੇ ਹੀ ਆ ਜਿਹੜੇ ਇਹੋ ਜਿਹੇ ਨੀਚ ਆ ਜੇ ਅਸੀਂ ਗੁਰਬਾਣੀ ਵਿੱਚ ਜੋ ਆਧਾਰ ਬਣਿਆ ਆ ਬਣਾਇਆ ਹੋਇਆ ਉੱਚੇ ਜਾਂ ਨੀਵੇਂ ਦਾ ਤਾਂ ਉਸ ਅਨੁਸਾਰ ਹਰ ਉਹ ਮਨੁੱਖ ਇਸਤਰੀ ਪੁਰਸ਼ ਜੀ ਭਾਵੇਂ ਉਹ ਕਿਸੇ ਵੀ ਜਾਤ ਦਾ ਕਥਿਤ ਜਾਤ ਦਾ ਕਿਸੇ ਵੀ ਉਸਦੀ ਜੋ ਕੁੱਲ ਆ ਜੇ ਉਹ ਸੱਚ ਨੂੰ ਟੁੱਟਾ ਆਇਆ ਤਾਂ ਉਹਨੂੰ ਨੀਚ ਜਾਤੀਆਂ ਮੰਨਿਆ ਗਿਆ। ਸੋ ਜਨਮ ਦਾ ਜਿਸ ਤਰ੍ਹਾਂ ਆਮ ਤੌਰ 'ਤੇ ਜਿਹੜਾ ਕੋਨਸੈਪਟ ਭਾਰਤ ਵਿੱਚ ਚੱਲਦਾ ਸੀ ਗੁਰੂ ਸਾਹਿਬ ਨੇ ਸਮਝਾਉਣ ਲਈ ਜਿਹੜਾ ਹੈਗਾ ਕਿਹਾ ਕਿ ਊਚ ਨੀਚ ਤੁਹਾਡੇ ਕਰਮਾਂ ਅਨੁਸਾਰ ਤੁਸੀਂ ਹੁੰਦੇ ਹੋ ਨਾ ਕਿ ਤੁਹਾਡੇ ਜਨਮ ਕਿੱਥੇ ਹੋਇਆ ਉਸ ਦੇ ਨਾਲ ਜਦੋਂ ਪ੍ਰਚਲਿਤ ਸ਼ਬਦਾਵਲੀ ਪ੍ਰਚਲਿਤ ਸ਼ਬਦਾਵਲੀ ਸੀ। ਲੈਣੇ ਜੀ ਬ੍ਰੇਕ ਵਾਪਸ ਆ ਕੇ ਇੱਥੋਂ ਹੀ ਅੱਗੇ ਕੰਟੀਨਿਊ ਰੱਖਦੇ ਹਾਂ ਕਿਉਂਕਿ ਇਹ ਇੱਕ ਸੋਚ ਬੜੀ ਪ੍ਰਫੁੱਲਤ ਹੈ ਜਿਸ ਤਰ੍ਹਾਂ ਤੁਸੀਂ ਕਹੀ। ਇਸੇ ਨਾਲ ਹੀ ਇੱਕ ਹੋਰ ਵੀ ਸਵਾਲ ਜੁੜਦਾ ਹੈ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਆ ਕੇ ਵਾਪਸ ਆਉਣ ਪਾਉਂਦੇ। ਵੈਨਕਾਸਾ ਟਾਇਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਇਲਸ ਸਟੋਨ ਮਾਰਬਲ ਬੈਕਸਪਲੈਸ਼ ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ ਸਪੈਨਿਸ਼ ਚਾਈਨੀਜ਼ ਪੋਰਸਲੇਨ ਜਾਂ ਸਿਰਾਮਿਕ ਟਾਇਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਇਲਸ ਇੰਪੋਰਟ ਕਰਦੇ ਹਨ ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304284 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604-330-7363 604-330-7363। ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪੋਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਭਾਈ ਜਸਬੀਰ ਸਿੰਘ ਜੀ ਨਾਲ ਸਾਂਝ ਪਾ ਰਿਹਾ ਜੀ ਕਿ ਊਚ ਨੀਚ ਦਾ ਜਿਹੜਾ ਕੋਨਸੈਪਟ ਇਸ ਸ਼ਬਦ ਵਿੱਚ ਉਹ ਸਿਲਵੀਆ ਕੌਰ ਜੀ ਨੇ ਐਵਰਸਫੋਰਡ ਤੋਂ ਸਾਨੂੰ ਭੇਜਿਆ ਉਸ ਵਿੱਚ ਕੀ ਇਸਦਾ ਮਤਲਬ ਹੈ ਅਤੇ ਸਾਨੂੰ ਕੀ ਸਮਝਣ ਦੀ ਲੋੜ ਹੈ ਆਓ ਹੋਰ ਜਾਣਕਾਰੀ ਲੈਂਦੇ ਹਾਂ ਜੀ। ਭਾਈ ਸਾਹਿਬ ਸੋ ਇਹ ਊਚ ਨੀਚ ਕਰਮਾਂ ਅਨੁਸਾਰ ਜਿਹੜਾ ਹੈਗਾ ਪਰ ਇਸੇ ਨਾਲ ਹੀ ਇੱਕ ਸਵਾਲ ਜਿਹੜਾ ਜੁੜ ਜਾਂਦਾ ਕਈ ਵਾਰੀ ਲੋਕ ਜੋੜਦੇ ਨੇ ਕਿ ਜਦੋਂ ਜਨਮ ਹੁੰਦਾ ਹੈ ਬੱਚਾ ਤਾਂ ਜਿਸ ਘਰ ਵਿੱਚ ਵੀ ਜਾਂਦਾ ਅਮੀਰ ਗਰੀਬ ਦਾ ਵੀ ਆ ਜਾਂਦਾ ਕਿ ਜੀ ਇਹ ਕੋਈ ਚੰਗੇ ਪੁੰਨ ਕੀਤੇ ਹੋਣਗੇ ਇਸਨੇ ਇਸੇ ਕਰਕੇ ਅਮੀਰ ਘਰ 'ਚ ਹੋ ਗਿਆ। ਤਾਂ ਅਸੀਂ ਹਰ ਚੀਜ਼ ਨੂੰ ਕਈ ਵਾਰੀ ਪਦਾਰਥ ਨਾਲ ਜਾਂ ਆਪਣੀ ਜਿਹੜੀ ਸਾਡੀ ਸੋਚ ਇੱਕ ਪ੍ਰਫੁੱਲਿਤ ਕੀਤੀ ਗਈ ਉਸ ਨਾਲ ਜੁੜ ਕੇ ਅੱਗੇ ਲੈ ਆਉਂਦੇ ਹੈਗੇ। ਥੋੜ੍ਹਾ ਜਿਹਾ ਹੋਰ ਇਸ ਨੂੰ ਐਕਸਪਲੇਨ ਕਰੋ ਜੀ। ਜਿਹੜਾ ਤੁਸੀਂ ਇਹ ਪੂਰਬ ਨਾਲ ਜੁੜਿਆ ਇਹ ਕਿਉਂਕਿ ਅਸੀਂ ਅੱਗੇ ਜਿਹੜਾ ਦੂਜਾ ਸ਼ਬਦ ਭੇਜਿਆ ਕਿਸੇ ਨੂੰ ਸਵਾਲ ਕੀਤਾ ਵੀਰ ਭੈਣ ਨੇ ਉਹਦੇ ਵਿੱਚ ਥੋੜ੍ਹਾ ਜਿਹਾ ਅਸੀਂ ਡਿਟੇਲ ਜਾਵਾਂਗੇ ਪਰ ਅਸੀਂ ਫਿਲਹਾਲ ਜਿਹੜਾ ਇਹ ਜੋ ਸ਼ੁਰੂ ਕੀਤਾ ਇਹਨੂੰ ਲਈਏ ਜੀ ਕਿ ਗੁਰੂ ਸਾਹਿਬ ਉੱਚਾ ਨਿਵਾਂ ਮੰਨਦੇ ਆ ਪਰ ਉਹ ਕਰਮ ਦੇ ਆਧਾਰਿਤ ਮੰਨਦੇ ਆ। ਠੀਕ। ਔਰ ਜਿਹੜਾ ਵੀ ਮਨੁੱਖ ਸਚਿਆਰ ਜ਼ਿੰਦਗੀ ਨਹੀਂ ਜੀ ਰਿਹਾ ਭਾਵੇਂ ਉਹ ਕੋਈ ਵੀ ਆ ਉਹਨੂੰ ਨੀਚ ਜਾਤ ਦਾ ਆਖਿਆ ਆ ਉਹਨੂੰ ਨੀਵਾਂ ਮੰਨਿਆ ਆ ਇੰਨਾ ਹੀ ਨਹੀਂ ਬਲਕਿ ਉਹਦੇ ਬਾਰੇ ਆਖਿਆ ਭਾਵੇਂ ਉਹ ਕਿੰਨਾ ਵੀ ਸੋਹਣਾ ਕਿੰਨਾ ਵੀ ਉਹ ਆਰਥ ਪੱਖੋਂ ਖੁਸ਼ਹਾਲ ਆ ਉਹਨੂੰ ਬਿਸ਼ਟਾ ਦਾ ਕੀੜਾ ਆਖਿਆ ਆ ਬਿਸ਼ਟਾ ਗੰਦਗੀ ਨੂੰ ਕਹਿੰਦੇ ਆ। ਠੀਕ। ਕਿ ਐਸੇ ਮਨੁੱਖਾਂ ਦੀ ਹੈਸੀਅਤ ਸਤਿਪੁਰਸ਼ਾਂ ਦੀ ਨਜ਼ਰਾਂ ਵਿੱਚ ਇੱਕ ਬਿਸ਼ਟਾ ਦੇ ਕੀੜੇ ਤੋਂ ਵੱਧ ਕੁਝ ਨਹੀਂ। ਦੁਨੀਆਂ ਜੋ ਮਰਜ਼ੀ ਸਮਝ ਜਾਏ ਇਹਨਾਂ ਨੂੰ ਜਾਂ ਆਪਣੇ ਆਪ ਬਾਰੇ ਜੋ ਮਰਜ਼ੀ ਭਰਮ ਪਾਲੀ ਜਾਣ ਰਾਈਟ ਉਹ ਵੱਖਰੀ ਗੱਲ ਆ ਉਹਨਾਂ 'ਤੇ ਆ ਪਰ ਜਿਨ੍ਹਾਂ ਨੇ ਸੱਚਮੁੱਚ ਇਨਸਾਨੀਅਤ ਨੂੰ ਸਮਝਿਆ ਉਹਨਾਂ ਦੀਆਂ ਨਜ਼ਰਾਂ ਵਿੱਚ ਐਸੇ ਮਨੁੱਖਾਂ ਦੀ ਹੈਸੀਅਤ ਗੰਧ ਦੇ ਕੀੜੇ ਨਾਲੋਂ ਵੱਧ ਨਹੀਂ ਹੁੰਦੀ। ਤਾਂ ਹੁਣ ਅਸੀਂ ਉਸ ਪੰਕਤੀ ਵੱਲ ਆਉਂਦੇ ਹਾਂ ਜਿਹੜੀ ਵੀਰ ਜੀ ਨੇ ਜੋ ਭੈਣ ਜੀ ਜਿਨ੍ਹਾਂ ਨੇ ਵੀ ਸਵਾਲ ਕੀਤਾ ਆ
ਕਿ ਹੁਕਮ ਜੋ ਕਿ ਉਹਨਾਂ ਦਾ ਸ਼ਾਇਦ ਇਸੇ ਚੀਜ਼ 'ਤੇ ਜ਼ਿਆਦਾ ਫੋਕਸ ਹੋਵੇ ਜਾਂ ਜਿਹੜਾ ਸਾਨੂੰ ਇਹ ਸਮਝ ਆ ਗਈ ਕਿ ਗੁਰਬਾਣੀ ਵਿੱਚ ਜੋ ਆਮ ਸਮਾਜ ਨੇ ਮੰਨਿਆ ਉਹ ਨਹੀਂ ਕਿ ਇਹ ਉੱਚਾ ਇਹ ਨੀਵਾਂ ਠੀਕ ਗੁਰੂ ਸਾਹਿਬ ਨੇ ਐਸਾ ਨਹੀਂ ਮੰਨਿਆ ਯਾਨੀ ਕਿ ਕੋਈ ਕੈਟੇਗਰੀ ਐਸੀ ਹੈ ਨਹੀਂ ਉੱਚ ਨੀਚ ਦੀ ਕੋਈ ਕੈਟੇਗਰੀ ਹੈ ਹੀ ਨਹੀਂ ਕੈਟੇਗਰੀ ਹੈਗੀ ਆ ਪਰ ਕਰਮਾਂ ਦੇ ਅਨੁਸਾਰ ਕਰਮਾਂ ਅਨੁਸਾਰ ਬਿਲਕੁਲ ਐਬਸੋਲੂਟਲੀ ਜਿਹੜੀ ਗੱਲ ਹੁਕਮ ਦੀ ਆ ਇਸ ਪੂਰੀ ਪੌੜੀ ਨੂੰ ਅਸੀਂ ਜਿਹੜਾ ਸਮਝ ਲਈਏ ਜੀ ਵੀ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਜੀ ਹੁਕਮ ਤੋਂ ਹੀ ਆਕਾਰ ਜਿੰਨੇ ਵੀ ਆਕਾਰ ਆ ਸ਼ਕਲਾਂ ਰੂਪ ਰੰਗ ਆਕਾਰ ਆ ਜੋ ਕੁਛ ਵੀ ਦਿਖਾਈ ਦੇ ਰਿਹਾ ਹੁਕਮ ਤੋਂ ਆ ਜੀ ਹੁਕਮ ਗੁਰਬਾਣੀ ਸ਼ਬਦ ਜਿਹੜਾ ਇੱਕ ਤੋਂ ਵੱਧ ਅਰਥਾਂ ਵਿੱਚ ਵਰਤਿਆ ਗਿਆ ਜਿਹੜਾ ਅਸੀਂ ਆਮ ਸਮਝਦੇ ਹਾਂ ਜੀ ਸਾਡੇ ਦਿਲ ਦਿਮਾਗ ਵਿੱਚ ਜੋ ਜਿਹਦਾ ਅਰਥ ਜਿਹੜਾ ਉਹ ਜ਼ਿਆਦਾ ਵਿਆਪਕ ਰੂਪ ਵਿੱਚ ਬੈਠਾ ਹੋਇਆ ਉਹ ਆਮ ਆ ਜਿਹੜਾ ਆਰਡਰ ਦੇਣਾ ਕਿਸੇ ਨੂੰ ਆਦੇਸ਼ ਦੇਣਾ ਆਗਿਆ ਕਰਨਾ ਗੁਰਬਾਣੀ ਵਿੱਚ ਇਹ ਸ਼ਬਦ ਇਹਨਾਂ ਅਰਥਾਂ ਵਿੱਚ ਵੀ ਆਇਆ ਜੀ ਪਰ ਜਦੋਂ ਇਸ ਤਰ੍ਹਾਂ ਦੇ ਸ਼ਬਦਾਂ ਵਿੱਚ ਇਸ ਜਿਹੜਾ ਉਹ ਪ੍ਰਸੰਗ ਵਿੱਚ ਪ੍ਰਕਰਨ ਵਿੱਚ ਹੁਕਮ ਸ਼ਬਦ ਵਰਤਿਆ ਗਿਆ ਤਾਂ ਇਹਦੇ ਹੁਕਮ ਤੋਂ ਭਾਵ ਆਦੇਸ਼ ਨਹੀਂ ਜੀ ਇਹ ਤਾਂ ਹੁਕਮ ਤੋਂ ਭਾਵ ਉਸ ਯੂਨੀਵਰਸਲ ਲਾਜ਼ ਤੋਂ ਆ ਉਸ ਰੱਬੀ ਵਿਧਾਨ ਤੋਂ ਆ ਉਸ ਕਾਨੂੰਨ ਤੋਂ ਆ ਜਿਹੜਾ ਕਿ ਸਮੁੱਚੇ ਇਸ ਬ੍ਰਹਿਮੰਡ ਵਿੱਚ ਜਿਹਦਾ ਕੋਈ ਪਾਰਾਵਾਰ ਨਹੀਂ ਜੀ ਉਹ ਸਮੁੱਚੇ ਉਸ ਬ੍ਰਹਿਮੰਡ ਵਿੱਚ ਜਿਹੜਾ ਉਹ ਜਿਹੜਾ ਸਿਸਟਮ ਆ ਜੋ ਵਿਧਾਨ ਆ ਉਹ ਲਾਗੂ ਹੋਇਆ ਹੋਇਆ ਜੀ ਜਦੋਂ ਅਸੀਂ ਹੁਕਮ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਉਸ ਹੁਕਮ ਵੱਲ ਹੀ ਸਾਡਾ ਧਿਆਨ ਦਵਾਉਂਦੇ ਆ ਕਿ ਸਾਰਾ ਜਿਹੜਾ ਪਸਾਰਾ ਉਸ ਹੁਕਮ 'ਚੋਂ ਆਇਆ ਹੁਕਮ ਵਿੱਚ ਬੱਝਾ ਹੋਇਆ ਜੀ ਆਸਾ ਕਿ ਵਾਰ ਵਿੱਚ ਗੁਰੂ ਸਾਹਿਬ ਨੇ ਤਿੰਨ ਗੱਲਾਂ ਮੁੱਖ ਸਾਨੂੰ ਦੱਸੀਆਂ ਜੀ ਆਖਿਆ ਆਪ ਹੀ ਨੈਬ ਸਾਜਿਓ ਆਪ ਹੀ ਨੇ ਰਚਿਓ ਨਾਉ ਜੀ ਕਿ ਜਿਹੜਾ ਉਹਨੇ ਆਪਣਾ ਆਪ ਉਹ ਆਪ ਹੀ ਸਾਜਿਆ ਔਰ ਫਿਰ ਉਹਨੇ ਜਿਹੜਾ ਨਿਯਮ ਆ ਜਿਹਨੂੰ ਅਸੀਂ ਇੱਥੇ ਹੁਕਮ ਆਖਿਆ ਹੋਇਆ ਕਿ ਫਿਰ ਇਹਨੇ ਹੁਕਮ ਜਿਹੜਾ ਜੋ ਵਿਧਾਨ ਆ ਜੋ ਕਾਨੂੰਨ ਆ ਜੀ ਉਹ ਬਣਾਇਆ ਉਸ ਤੋਂ ਬਾਅਦ ਫਿਰ ਇਹਨੇ ਕੁਦਰਤ ਸਾਜੀ ਆ ਰਾਈਟ ਭਾਵੇਂ ਸਾਡੇ ਕੁਝ ਵਿਦਵਾਨ ਜਿਹੜੇ ਆ ਗਿਣਤੀ ਉਹਨਾਂ ਦੀ ਜ਼ਿਆਦਾ ਨਹੀਂ ਪਰ ਹੈ ਉਹ ਸ਼ਾਇਦ ਵੱਧ ਰਹੀ ਆ ਜਿਹੜੇ ਕੁਦਰਤ ਨੂੰ ਹੀ ਰੱਬ ਜਿਹੜਾ ਉਹ ਸਮਝਣ ਲੱਗ ਉਹਨਾਂ ਦੀ ਮੁਬਾਰਕ ਆ ਸੋਚ ਰਾਈਟ ਪਰ ਜੇਕਰ ਕੋਈ ਇਹ ਗੱਲ ਕਹਿ ਕੇ ਜਾਂ ਮੰਨ ਕੇ ਵੀ ਚੰਗਾ ਇਨਸਾਨ ਬਣ ਰਿਹਾ ਤਾਂ ਉਹਨੂੰ ਮੁਬਾਰਕ ਆ ਕਿ ਸ਼ਬਦਾਂ ਦਾ ਕੋਈ ਫਰਕ ਨਹੀਂ ਪੈਣ ਲੱਗਾ ਕਿ ਕੋਈ ਕੁਦਰਤ ਰੱਬ ਕਹਿ ਰਿਹਾ ਜਾਂ ਨਹੀਂ ਮੰਨ ਰਿਹਾ ਜੋ ਗੁਰਮੁਖ ਦਾ ਕਨਸੈਪਟ ਆ ਜੀ ਉਹ ਕੁਦਰਤ ਰੱਬ ਦੀ ਕੁਦਰਤ ਆਖਿਆ ਹੋਇਆ ਕੁਦਰਤ ਨੂੰ ਰੱਬ ਨਹੀਂ ਆਖਿਆ ਹੋਇਆ ਕੁਦਰਤ ਨੂੰ ਸਾਜਣ ਵਾਲਾ ਉਹ ਆ ਉਹਦੇ ਪਿੱਛੇ ਕ੍ਰੀਏਟਡ ਜਿਹੜਾ ਹੈਗਾ ਸਿਰਜਣਹਾਰ ਉਹ ਆ ਉਹਦੀ ਕੁਦਰਤ ਆ ਜਾਂ ਕੁਦਰਤ ਦਾ ਰੱਬ ਨਹੀਂ ਠੀਕ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਆ ਕਿ ਉਹਨੇ ਸਾਜਿਆ ਆਪਣੇ ਆਪ ਨੂੰ ਉਹਦੇ ਬਾਅਦ ਨਾਲ ਜਿਹੜਾ ਇਹ ਵਿਧਾਨ ਆ ਕਾਨੂੰਨ ਆ ਜੋ ਯੂਨੀਵਰਸਲ ਲਾਜ਼ ਜਿਹੜਾ ਹੈਗਾ ਜੀ ਇਹ ਉਹਨੇ ਬਣਾਇਆ ਔਰ ਫਿਰ ਉਹਨੇ ਕੁਦਰਤ ਜਿਹੜੀ ਆ ਉਹ ਸਾਜੀ ਆ ਜੀ ਇਹ ਕੰਮ ਜਿਹੜਾ ਇਹ ਉਦੋਂ ਤੋਂ ਪਤਾ ਨਹੀਂ ਕਦੋਂ ਤੋਂ ਸ਼ੁਰੂ ਹੋਇਆ ਗੁਰੂ ਸਾਹਿਬ ਦਾਵਾ ਨਹੀਂ ਕਰ ਰਹੇ ਕਦੋਂ ਸ਼ੁਰੂ ਹੋਇਆ ਰਾਈਟ ਜਦੋਂ ਤੋਂ ਵੀ ਆ ਇਹ ਨਿਯਮ ਕੰਮ ਕਰ ਰਹੇ ਆ ਔਰ ਇਸੇ ਤਰ੍ਹਾਂ ਨੇ ਕੰਮ ਕਰਦੇ ਰਹਿਣਾ ਠੀਕ ਕੇਵਲ ਅਧਿਆਤਮ ਖੇਤਰ ਵਿੱਚ ਹੀ ਨਹੀਂ ਬਲਕਿ ਅਸੀਂ ਮਟੀਰੀਅਲ ਦਾ ਵੱਲ ਵੀ ਨਜ਼ਰ ਮਾਰੀਏ ਆਮ ਸੰਸਾਰ ਵੱਲ ਨਜ਼ਰ ਮਾਰੀਏ ਜਿੰਨੀ ਵੀ ਤਰੱਕੀ ਹੋਈ ਆ ਜੀ ਜਾਂ ਤਰੱਕੀ ਅੱਗੇ ਹੋਣੀ ਆ ਚਾਹੇ ਉਹ ਮੈਡੀਕਲ ਦੀ ਦੁਨੀਆ ਵਿੱਚ ਆ ਚਾਹੇ ਉਹ ਟੈਕਨੋਲੋਜੀ ਵਿੱਚ ਆ ਟੈਕਨੋਲੋਜੀ ਵਿੱਚ ਆ ਕਿਸੇ ਵੀ ਖੇਤਰ ਵਿੱਚ ਆ ਵਿਗਿਆਨ ਦੇ ਖੇਤਰ ਵਿੱਚ ਉਹ ਸਾਰੀ ਇਸ ਨਿਯਮ ਨੂੰ ਸਮਝ ਕੇ ਹੀ ਹੋਈ ਆ ਜੀ ਜਿਹੜਾ ਸਿਸਟਮ ਆ ਸਮਝਿਆ ਜੋ ਭੇਦ ਆ ਉਹਨਾਂ ਸਮਝਿਆ ਉਸ ਕੁਦਰਤ ਦੇ ਇਹਨਾਂ ਨਿਯਮਾਂ ਨੂੰ ਸਮਝ ਕੇ ਹੀ ਇਹ ਤਰੱਕੀ ਹੋਈ ਆ ਜੀ ਔਰ ਦੂਜੀ ਗੱਲ ਇਹਨਾਂ ਜੁੜੀ ਹੋਈ ਆ ਕਿ ਜੋ ਇਹਨੇ ਬਣਾਇਆ ਹਰ ਜਿਹੜਾ ਉਹਨੇ ਇੱਕ ਉਹਦਾ ਜਿਹੜੀ ਇੱਕ ਸੁਭਾਅ ਜਿਹੜਾ ਉਹ ਸੁਭਾਅ ਉਹਨੂੰ ਦਿੱਤਾ ਆ ਜੇ ਮੰਨ ਲਓ ਅੱਜ ਅਸੀਂ ਇਹ ਮੈਡੀਕਲ ਦੁਨੀਆ ਵੀ ਪਤਾ ਲਾ ਲੈਂਦੇ ਹਾਂ ਕਿ ਇਹ ਬੰਦੇ ਦੀ ਡੈਥ ਕਿਉਂ ਹੋਈ ਜੀ ਤਾਂ ਉਹ ਨਿਯਮਾਂ ਕਰਕੇ ਪਤਾ ਲੱਗਦਾ ਕਿਉਂ ਉਹ ਨਿਯਮ ਪੱਕੇ ਆ ਉਹਨੂੰ ਹੀ ਆਧਾਰਿਤ ਬਣਾ ਕੇ ਉਹ ਖੋਜ ਕਰਕੇ ਛਾਣਬੀਣ ਕਰਕੇ ਦੱਸਦੇ ਆ ਵੀ ਇਸ ਮਨੁੱਖ ਦੀ ਡੈਥ ਦਾ ਕਾਰਨ ਆ ਰਾਈਟ ਜਿਹੜੀਆਂ ਦਵਾਈਆਂ ਵੀ ਬਣ ਰਹੀਆਂ ਬਣਾਈਆਂ ਗਈਆਂ ਉਸ ਨਿਯਮ ਨੂੰ ਸਮਝ ਕੇ ਹੀ ਬਣਾਈਆਂ ਗਈਆਂ ਜੇ ਵਿਗਿਆਨ ਨੇ ਤਰੱਕੀ ਕੀਤੀ ਆ ਜਹਾਜ਼ ਬਣਾਏ ਆ ਜਾਂ ਜੋ ਵੀ ਕੁਝ ਵੀ ਆ ਉਹ ਇਹ ਨਹੀਂ ਕਿ ਨਿਯਮ ਨਹੀਂ ਬਣਾਏ ਉਹਨਾਂ ਨੇ ਨਿਯਮ ਸੀਗੇ ਪਰ ਸਾਨੂੰ ਪਤਾ ਨਹੀਂ ਸੀ ਰਾਈਟ ਜਿਹੜੇ ਹਵਾਈ ਜਹਾਜ਼ ਆ ਸਮੁੰਦਰੀ ਜਹਾਜ਼ ਆ ਜਾਂ ਈਵਨ ਅਸੀਂ ਦੇਖਦੇ ਹਾਂ ਕਿ ਅਸੀਂ ਜੋ ਕੈਲੰਡਰ ਬਣਾਉਂਦੇ ਹਾਂ ਜੀ ਇੱਕ ਸਿਸਟਮ ਆ ਸੂਰਜ ਧਰਤੀ ਚੰਦਰਮਾ ਬਾਕੀ ਨਛੱਤਰ ਵਗੈਰਾ ਉਹ ਇੱਕ ਗਤੀ ਵਿੱਚ ਜਾ ਰਹੇ ਆ ਰਾਈਟ
ਉਹਨਾਂ 'ਚ ਇੱਕ ਸੈਕਿੰਡ ਦਾ ਫਰਕ ਨਹੀਂ ਪੈ ਰਿਹਾ। ਬਿਲਕੁਲ। ਸੋ ਸਿਸਟਮ ਪਹਿਲਾਂ ਦਾ ਹੀ ਐਗਜ਼ਿਸਟ ਕਰਦਾ ਹੈ, ਐਗਜ਼ਿਸਟ ਕਰ ਰਿਹਾ, ਪਰ ਅਸੀਂ ਉਹਦੇ ਵਿੱਚ ਖੋਜ ਕਰਕੇ ਅਸੀਂ ਉਹਨੂੰ ਲੱਭਦੇ ਹਾਂ, ਜਿਉਂ-ਜਿਉਂ ਲੱਭੀ ਜਾਂਦੇ ਹਾਂ ਤਾਂ ਅਸੀਂ ਉਹਨੂੰ ਲਾਭ ਉਠਾ ਰਹੇ ਹਾਂ। ਇਹ ਮਤਲਬ ਆਮ ਸੰਸਾਰ ਵਿੱਚ ਅਸੀਂ ਭਾਸ਼ਾ ਵਰਤ ਲਈਏ, ਸੰਸਾਰਕ ਕਹਿ ਲਈਏ, ਔਰ ਅਧਿਆਤਮ ਖੇਤਰ ਵਿੱਚ ਵੀ ਜੀ ਜੇ ਅਸੀਂ ਉੱਨਤੀ ਕਰਨੀ ਆ ਜੀ ਤਾਂ ਇਹ ਸੰਦੇਸ਼ ਨੂੰ ਸਮਝ ਕੇ ਹੀ ਹੋਣੀ ਆ। ਸੋ ਇਹ ਨਿਯਮ ਕਿਸ ਤਰ੍ਹਾਂ ਸਮਝਣਾ ਅਤੇ ਇਸ 'ਤੇ ਕਿਸ ਤਰ੍ਹਾਂ ਅਸੀਂ ਪਹਿਰਾ ਦੇਣਾ, ਇਹਦੇ ਬਾਰੇ ਗੱਲ ਕਰਨੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਇਹ ਅਧਿਆਤਮਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਹੁਕਮ ਦੇ ਕਾਨਸੈਪਟ ਬਾਰੇ ਭਾਈ ਜਸਵੀਰ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ, ਆਓ ਹੋਰ ਜਾਣਕਾਰੀ ਲੈਂਦੇ ਹਾਂ। ਸੋ ਭਾਈ ਸਾਹਿਬ, ਕੁਦਰਤ ਚੱਲ ਰਹੀ ਹੈ, ਕੁਦਰਤ ਦੇ ਵਿੱਚ ਹਰ ਚੀਜ਼ ਸਿਸਟਮ ਜਿਹੜਾ ਉਹ ਐਗਜ਼ਿਸਟ ਕਰ ਰਿਹਾ। ਤੁਸੀਂ ਕਿਹਾ ਅਸੀਂ ਖੋਜ ਕਰਕੇ ਉਸਦੇ ਵਿੱਚ ਸਮਝਣ ਦਾ ਯਤਨ ਕਰ ਰਹੇ ਹਾਂ ਜਾਂ ਉਹਦੇ ਰਾਹੀਂ ਹੀ ਅਸੀਂ ਅੱਗੇ ਪਸਾਰਾ ਕਰਦੇ ਹੈਗੇ ਹਾਂ। ਪਰ ਹੁਣ ਅਗੇਨ ਜਦੋਂ ਜੀਵਨ 'ਤੇ ਗੱਲ ਆਉਂਦੀ ਹੈ, ਕਿਉਂਕਿ ਆਮ ਤੌਰ ਦੇ ਉੱਤੇ ਅਸਲ ਗੱਲ ਤਾਂ ਇਹੀ ਹੈ ਕਿ ਇਸ ਹੁਕਮ ਨੂੰ ਅਸੀਂ ਕਿਵੇਂ ਆਪਣੇ ਜੀਵਨ 'ਤੇ ਲਾਗੂ ਕਰਨਾ ਹੈਗਾ, ਤਾਂ ਫਿਰ ਜੇ ਉਸ ਹੁਕਮ ਦੇ ਵਿੱਚ ਜੇ ਸਭ ਕੁਝ ਹੋ ਰਿਹਾ ਤਾਂ ਫਿਰ ਅਗੇਨ ਇਹੀ ਸਵਾਲ ਅਸੀਂ ਪਹਿਲਾਂ ਵੀ ਮੇਰੇ ਖਿਆਲ ਤੁਹਾਡੇ ਨਾਲ ਮੈਂ ਕਰ ਚੁੱਕਿਆ ਡਿਸਕਸ ਕਿ ਫਿਰ ਸਭ ਕੁਝ ਹੋ ਰਿਹਾ ਕਰਨ ਦੀ ਲੋੜ ਕੀ ਹੈ ਸਾਨੂੰ ਕੁਝ, ਕਿਉਂਕਿ ਹੁਕਮ ਦੇ ਰਾਹੀਂ ਤਾਂ ਸਭ ਕੁਝ ਚੱਲ ਰਿਹਾ ਹੈਗਾ। ਸੋ ਇਸ ਸ਼ਬਦ ਦੇ ਵਿੱਚ ਜੋ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਕਿ ਕਿਸ ਤਰ੍ਹਾਂ ਉਸ ਹੁਕਮ ਨੂੰ ਅਸੀਂ ਪਛਾਣਨਾ ਅਤੇ ਆਪਣੇ ਜੀਵਨ 'ਤੇ ਲਾਗੂ ਕਰਨਾ, ਇਹ ਕੋਨਸੈਪਟ ਕੀ ਹੈ? ਹਾਂ ਦੇਖੋ, ਜੇ ਅਸੀਂ ਕਿਉਂਕਿ ਪਹਿਲਾਂ ਦੂਜੀ ਆਮ ਜਿਹੜੀ ਸਧਾਰਨ ਐਗਜ਼ਾਮਪਲ ਦੇ ਗੱਲ ਕਰ ਰਹੇ ਸੀਗੇ ਜੀ ਕਿ ਅਧਿਆਤਮਕ ਖੇਤਰ ਵਿੱਚ ਹੀ ਨਹੀਂ ਬਲਕਿ ਜ ਬਾਹਰ ਵੀ ਜੋ ਤਰੱਕੀ ਹੋਈ ਆ ਉਹ ਕੁਦਰਤ ਦੇ ਉਹਨਾਂ ਨਿਯਮਾਂ ਨੂੰ ਸਮਝ ਕੇ ਹੀ ਹੋਈ ਆ। ਰਾਈਟ। ਔਰ ਮਾਲਕ ਨੇ ਉਦਾਹਰਨ ਦੇ ਤੌਰ 'ਤੇ ਦੇਖੀਏ, ਅਸੀਂ ਜਿੱਦਾਂ ਐਪਲ ਦਾ ਅਸੀਂ ਬੂਟਾ ਲਾਉਂਦੇ ਹਾਂ ਤਾਂ ਉਹਦੇ 'ਤੇ ਐਪਲ ਹੀ ਲੱਗਣਗੇ। ਬਿਲਕੁਲ। ਉਹ ਹਜ਼ਾਰਾਂ ਸਾਲਾਂ ਨੂੰ ਲੱਗਦੇ ਆਏ ਆ। ਜੇ ਕਣਕ ਆਦਿ ਬੀਜਦੇ ਹਾਂ ਅਸੀਂ, ਜਿਹੜੀਆਂ ਨਿਯਮ ਲੱਭੇ ਜਿਹੜੇ ਮਾਹਿਰ ਆ ਕਿ ਜੇਕਰ ਅਸੀਂ ਇਸ ਤਰ੍ਹਾਂ ਦਾ ਬਿਜਾਈ ਕਰਾਂਗੇ ਤਾਂ ਫਸਲ ਵੱਧ ਹੋਊਗੀ, ਨਿਯਮ ਲੱਭ ਕੇ ਹੋਇਆ ਜਿਹੜੀ ਇਸ ਤਰ੍ਹਾਂ ਫਲ ਫਰੂਟਾਂ ਦੀ ਗੱਲ ਆ। ਈਵਨ ਪਸ਼ੂਆਂ ਜਿੱਦਾਂ ਗਾਂ ਦੀ ਗੱਲ ਕਰ ਲਓ, ਹੁਣ ਡੈਨਮਾਰਕ ਵਗੈਰਾ ਇਹਨਾਂ ਕੰਟਰੀਆਂ ਵਿੱਚ ਦੇਖੋ ਤੁਸੀਂ, ਗਾਵਾਂ ਜਿਹੜੀਆਂ ਕਿਤੇ ਵੱਧ ਦਿੰਦੀਆਂ, ਉਹਨਾਂ ਦੇ ਮੁਕਾਬਲੇ ਜਿਹੜੇ ਕਿ ਪੂਜਾ ਕਰਦੇ ਆ, ਉਹਦੀ ਪੂਜਾ ਕਰਦੇ ਆ, ਮਾਂ ਰੂਪ ਵੀ ਸਵੀਕਾਰ ਕਰਦੇ ਆ, ਪਰ ਉਂਝ ਉਹਦੀ ਸੇਵਾ ਨਹੀਂ ਕਰਦੇ ਜੀ। ਪਰ ਦੂਜੇ ਪਾਸੇ ਜਿਹਨਾਂ ਨੇ ਸਮਝੇ, ਨਿਯਮ ਸਮਝੇ ਆ ਕਿ ਦੁੱਧ ਇਸ ਤਰ੍ਹਾਂ ਨਾਲ ਵੱਧ ਸਕਦਾ ਅਤੇ ਉਹ ਉਹਨਾਂ ਨੂੰ ਕਿਤੇ ਜ਼ਿਆਦਾ ਦੁੱਧ ਜਿਹੜਾ ਗਾਂ ਉਹਨਾਂ ਕੋਲ ਲੈ ਰਹੇ ਆ, ਲਾਭ ਉਠਾ ਰਹੇ ਆ ਜੀ। ਜੇ ਇਹ ਸੁਭਾਅ ਛੱਡ ਦੇਵੇ ਕੋਈ ਵੀ ਚੀਜ਼ ਜਿਹੜੀ ਆ, ਜੇ ਇਹ ਨਿਯਮ ਕੰਮ ਨਾ ਕਰਦਾ ਹੋਵੇ, ਜਿਹਦਾ ਮਨ ਲੋਹਾ, ਜੇ ਲੋਹਾ ਜੋ ਨਿਯਮ ਆ ਉਹਦਾ ਜੋ ਕੁਦਰਤ ਨੇ ਪਾਇਆ ਵੀ ਇਹਦੀ ਆ ਪ੍ਰਕਿਰਤੀ ਆ ਜੀ, ਉਹ ਮੋਹ ਬਣ ਜਾਵੇ ਅਸਤ ਵਿਅਸਤ ਹੋ ਜਾਊਗਾ। ਰਾਈਟ। ਹਵਾ ਦਾ ਜੋ ਨਿਯਮ ਆ ਜੋ ਆਪਣਾ ਸੁਭਾਅ ਛੱਡ ਦੇਵੇ ਫਿਰ ਕੀ ਬਣੂਗਾ? ਜਿਹੜੀ ਗਤੀ ਜੋ ਹੋ ਰਹੀ ਆ ਇਹ ਆਪਣਾ ਉਸ ਤੋਂ ਹਿੱਲ ਜਾਵੇ ਜੀ, ਸਭ ਕੁਝ ਢੰਗ ਅਸਤ ਵਿਅਸਤ ਹੋ ਜਾਊਗਾ। ਬਿਲਕੁਲ। ਇਹ ਤਾਂ ਗੱਲ ਜਿਹੜੀ ਆ ਸੰਸਾਰਿਕ ਲਈ ਕੁਛ ਨਾ ਦੇ ਲਈਏ। ਸਾਡਾ ਸਵਾਲ ਜ਼ਿਆਦਾਤਰ ਜਿਹੜਾ ਉਹ ਕੇਂਦਰ ਬਿੰਦੂ ਜਿਹੜਾ ਅਧਿਆਤਮਕਤਾ ਦਾ, ਇਸੇ ਤਰ੍ਹਾਂ ਜਿਹੜਾ ਸਾਡਾ ਜਿਹੜਾ ਜੋ ਨਿਯਮ ਆ ਜੋ ਹੁਕਮ ਆ ਉਹਦਾ, ਉਹ ਉਸ ਵਾਹਿਗੁਰੂ ਦੀ ਰਜ਼ਾ ਸਾਨੂੰ ਕਿਵੇਂ ਪਤਾ ਲੱਗੇ ਕਿਉਂਕਿ ਅਸੀਂ ਉਹਨੂੰ ਵੇਖਿਆ ਨਹੀਂ। ਇਹ ਲਈ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਦੱਸਿਆ ਆ ਕਿ ਰੱਬ ਨਾਲ ਜੁੜਨ ਦੇ ਆ ਵਸੀਲੇ ਆ, ਜਾਂ ਦੂਜੇ ਸ਼ਬਦਾਂ 'ਚ ਆਖੀਏ ਕਿ ਉਹਦਾ ਹੁਕਮ ਇਸ ਤਰ੍ਹਾਂ ਬੁੱਝਣਾ ਸਮਝਣਾ, ਗੁਰਬਾਣੀ 'ਚ ਕਈ ਥਾਂ ਆ ਕੇ ਆਇਆ ਜੀ ਕਿ ਹੁਕਮ ਨੂੰ ਬੁੱਝ ਕੇ ਹੀ ਅਸੀਂ ਸਚਿਆਰ ਬਣ ਸਕਦੇ ਹਾਂ। ਤਾਂ ਸਾਨੂੰ ਤਾਂ ਨਹੀਂ ਪਤਾ ਕਿਉਂਕਿ ਆਮ ਤੌਰ 'ਤੇ ਉਹ ਵਾਹਿਗੁਰੂ ਸਾਡੀਆਂ ਦੇਖਣ ਦਾ ਵਿਸ਼ਾ ਹੈ ਵੀ ਨਹੀਂ, ਗੁਰਬਾਣੀ ਕਹਿੰਦੀ ਆ ਜੀ। ਤਾਂ ਸਾਡੇ ਲਈ ਬਲਕਿ ਆ ਹਰ ਮਨੁੱਖ ਲਈ ਸਤਿਪੁਰਸ਼ਾਂ ਦਾ ਜਿਹੜਾ ਉਪਦੇਸ਼ ਦਿੱਤਾ ਆ, ਜਿਹੜੇ ਉਪਦੇਸ਼ ਵਿੱਚ ਇਨਸਾਨੀਅਤ ਦੀ ਮਹਿਕ ਆ, ਸੁਗੰਧੀ ਆ, ਜਿਨ੍ਹਾਂ ਵਿੱਚ ਜਾਤ ਪਾਤ, ਲਿੰਗ ਭੇਦ, ਇਲਾਕਾ ਪ੍ਰਸਤੀ, ਊਚ ਨੀਚ, ਅਮੀਰ, ਇਹਨਾਂ ਦਾ ਕੋਈ ਆਧਾਰ ਨਹੀਂ, ਕੋਈ ਇਹਨਾਂ ਨੂੰ ਥਾਂ ਨਹੀਂ ਜੀ। ਉਹ ਜਿਨ੍ਹਾਂ ਵੀ ਮਹਾਂਪੁਰਸ਼ਾਂ ਨੇ ਆਖਿਆ, ਉਹਨਾਂ ਮਹਾਂਪੁਰਸ਼ਾਂ ਦੇ ਬੋਲਾਂ ਵਿੱਚੋਂ ਸਾਨੂੰ ਇਸ ਹੁਕਮ ਦੀ ਸਮਝ ਪੈਂਦੀ ਆ ਜੀ। ਅਸੀਂ ਗੁਰਬਾਣੀ ਦੀ ਗੱਲ ਕਰੀਏ ਤਾਂ ਸਾਨੂੰ ਗੁਰਬਾਣੀ ਵਿੱਚੋਂ, ਮੰਨ ਲਓ ਜਿੱਦਾਂ ਗੁਰੂ ਸਾਹਿਬ ਕਹਿੰਦੇ ਆ, ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਜ ਕੇ ਕਾਲ, ਕਿ ਜੋ ਵੀ ਉਪਜੇ ਆ ਪੈਦਾ ਹੋਇਆ ਉਹਨੇ ਬਿਨਸਣਾ। ਰਾਈਟ। ਜੇ ਸਾਨੂੰ ਇਹ ਗੱਲ ਦੀ ਸੱਚਮੁੱਚ ਸਮਝ ਲੱਗ ਗਈ, ਮਤਲਬ ਕੇਵਲ ਜਾਣਨ ਨਾਲ ਕੁਝ ਨਹੀਂ ਹੋਣਾ। ਰਾਈਟ।
ਜੇ ਸਮਝ ਲੱਗ ਗਈ ਤਾਂ ਫਿਰ ਜੇ ਸਾਡੋਂ ਪਰਿਵਾਰਕ ਜੀ ਕੋਈ ਵਿਛੜਦਾ ਕੋਈ ਸਨੇਹ ਵਿਛੜਦਾ ਅਸੀਂ ਦੁਖੀ ਨਹੀਂ ਹੋਣ ਲੱਗੇ ਅਸੀਂ ਐਕਸੈਪਟ ਕਰਾਂਗੇ ਕਿ ਉਹਦੀ ਰਜ਼ਾ ਜੋ ਆਇਆ ਉਹਨੇ ਜਾਣਾ ਸੀ ਵੀ ਜਾਣਾ ਸੀ ਉਸੇ ਰਾਹ ਤੁਰੇ ਹੋਏ ਹਾਂ ਠੀਕ ਬਚਪਨਾ ਜਵਾਨੀ ਹੁੰਦਾ ਬੁਢੇਪਾ ਹੁੰਦਾ ਜੇ ਅਸੀਂ ਬੁਢੇਪੇ 'ਚ ਅਸੀਂ ਰੋਣ ਧੋਣ ਬਹਿ ਜਾਈਏ ਇਹ ਕੀ ਬਣ ਗਿਆ ਹੁਣ ਮੇਰੇ ਕੋਲ ਚਲਿਆ ਨਹੀਂ ਜਾ ਰਹੇ ਆ ਚੰਗਾ ਸੁਣਾਈ ਨਹੀਂ ਦੇ ਰਹੇ ਆ ਮੈਨੂੰ ਦਿਖਾਈ ਨਹੀਂ ਦੇ ਰਹੇ ਆ ਚੰਗਾ ਬੋਲਿਆ ਨਹੀਂ ਜਾ ਰਿਹਾ ਰਾਈਟ ਜੇ ਅਸੀਂ ਹੁਕਮ ਨੂੰ ਬੁੱਝਿਆ ਹੋਵੇ ਤਾਂ ਅਸੀਂ ਕੰਪਲੇਨ ਨਹੀਂ ਕਰਾਂਗੇ ਅਸੀਂ ਐਕਸੈਪਟ ਕਰ ਲਵਾਂਗੇ ਕਿ ਨਹੀਂ ਇਹ ਪ੍ਰੋਸੀਜ਼ਰ ਆ ਕੁਦਰਤ ਦਾ ਇਹ ਉਸ ਪ੍ਰਕਿਰਿਆ ਦਾ ਹਿੱਸਾ ਕਿ ਅਸੀਂ ਜਵਾਨੀ ਤੋਂ ਬਾਅਦ ਅਸੀਂ ਬੁਢੇਪਾ ਆਉਣਾ ਜੀ ਇਹ ਹੁਕਮ ਨੂੰ ਬੁੱਝ ਕੇ ਹੀ ਅਸੀਂ ਸੁਖੀ ਹੋ ਜਦੋਂ ਗੁਰਬਾਣੀ 'ਚ ਆਖਿਆ ਕਿ ਹੁਕਮ ਨੂੰ ਬੁੱਝਣ ਤੋਂ ਬਿਨਾਂ ਸੁਖੀ ਨਹੀਂ ਹੋ ਸਕਦੇ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਕਹਿੰਦੇ ਆ ਕੋਈ ਬੋਲਿਆ ਰਾਮ ਰਾਮ ਕੋਈ ਖੁਦਾਏ ਤਾਂ ਅਖੀਰ ਵਿੱਚ ਕਹਿੰਦੇ ਆ ਕਿ ਕਹੋ ਨਾਨਕ ਜਿਹਨੇ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਈਟ ਜਿਹਨਾਂ ਨੂੰ ਬੁੱਝਿਆ ਮਹਾਰਾਜ ਨਹੀਂ ਕਹਿੰਦੇ ਕਿ ਮੈਂ ਹੀ ਬੁੱਝਿਆ ਜਾਂ ਮੈਨੂੰ ਮੇਰੇ ਬੁੱਝ ਨਾਲ ਹੀ ਹੋਊਗਾ ਨਹੀਂ ਕਿ ਜਿਹਨਾਂ ਨੂੰ ਵੀ ਸਮਝਿਆ ਜਿਹੜੇ ਵੀ ਆਤਮਕ ਤੌਰ 'ਤੇ ਸੁਖੀ ਹੋਏ ਉਹ ਇਸ ਹੁਕਮ ਨੂੰ ਬੁੱਝ ਕੇ ਹੀ ਹੋਏ ਆ ਇਸ ਹੁਕਮ ਨੂੰ ਭਾਵ ਉਸ ਨਿਯਮ ਨੂੰ ਉਸ ਕਰਤੇ ਦੇ ਵਿਧਾਨ ਨੂੰ ਉਹਨਾਂ ਨੂੰ ਸਮਝਿਆ ਮਹਿਸੂਸ ਕੀਤਾ ਮਾਣਿਆ ਔਰ ਫਿਰ ਉਹਨਾਂ ਨੇ ਉਹਨੂੰ ਫਾਲੋ ਕੀਤਾ ਉਹਨੂੰ ਐਕਸੈਪਟ ਕੀਤਾ ਉਹਨਾਂ ਨੇ ਆਪਣਾ ਜੋ ਕਰਮ ਸੀਗਾ ਉਹਨਾਂ ਨੇ ਇਮਾਨਦਾਰੀ ਨਾਲ ਆਪਣਾ ਪਾਰਟ ਅਦਾ ਕੀਤਾ ਰਾਈਟ ਇਸ ਲਈ ਉਹ ਮਾਯੂਸ ਨਹੀਂ ਹੋਏ ਕਿ ਨਹੀਂ ਜੇ ਮੈਂ ਇਹਨਾਂ ਉਦਮ ਕਰ ਰਿਹਾ ਤਾਂ ਕੋਈ ਬਦਲ ਨਹੀਂ ਰਿਹਾ ਕੋਈ ਸੁਣ ਨਹੀਂ ਰਿਹਾ ਨਹੀਂ ਉਹਨਾਂ ਨੇ ਆਪਣਾ ਕਰਮ ਜਿਹੜਾ ਉਹ ਜਾਰੀ ਰੱਖਿਆ ਠੀਕ ਔਰ ਫਿਰ ਉਹਨਾਂ ਉਹਦੀ ਇੱਛਾ ਨਹੀਂ ਕੀਤੀ ਦਿੱਲੀ ਨੂੰ ਨਿਰਛਤ ਆਖਿਆ ਆਇਆ ਕਾਮਨਾ ਰਹਿਤ ਆਖਿਆ ਆਇਆ ਨਿਸ਼ਕਾਮ ਆਖਿਆ ਆਇਆ ਇਹਦੀ ਧਾਰਮਿਕ ਤੋਂ ਬੜੀ ਮਹੱਤਤਾ ਜਿਹੜੀ ਨਿਸ਼ਕਾਮ ਭਾਵਨਾ ਦੀ ਜਿਹੜੀ ਆ ਤਾਂ ਇੱਥੇ ਜਿਹੜਾ ਗੁਰੂ ਸਾਹਿਬ ਕਹਿ ਰਿਹਾ ਕਿ ਹੁਕਮ ਤੋਂ ਹੀ ਸਭ ਕੁਝ ਜਿਹੜਾ ਉਹ ਪੈਦਾ ਹੋ ਰਿਹਾ ਰਾਈਟ ਪਰ ਉਸ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ ਉਹਦਾ ਸਮੁੱਚਾ ਪਸਾਰਾ ਉਹ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਦੇ ਕ੍ਰੀਏਟ ਹੋਇਆ ਇਹ ਨਹੀਂ ਬੁੱਝਿਆ ਜਾ ਸਕਦਾ ਹੈ ਅਸੀਂ ਉਹਦਾ ਹਰ ਐਂਗਲ ਤੋਂ ਅਸੀਂ ਉਹਨੂੰ ਨਹੀਂ ਸਮਝ ਸਕਦੇ ਰਾਈਟ ਪਰ ਇਸਨੂੰ ਜੇ ਅਸੀਂ ਸਮੇਟਣਾ ਹੋਏ ਤਾਂ ਇਸ ਸ਼ਬਦ 'ਚੋਂ ਇੱਕੋ ਹੀ ਜੇ ਚੀਜ਼ ਅਸੀਂ ਫੜ ਲਈਏ ਕਿ ਜੋ ਤੁਤ ਭਾਵੇ ਸਾਈ ਭਲੀਕਾਰ ਕਿ ਅਸੀਂ ਆਪਣਾ ਕਰਮ ਕਰ ਰਹੇ ਹਾਂ ਪਰ ਉਸ ਤੋਂ ਬਾਅਦ ਅਸੈਪਟੈਂਸ ਜਿਹੜੀ ਹੈਗੀ ਹੈ ਜੋ ਰਿਜ਼ਲਟ ਹੋਏ ਅਸੀਂ ਅਸੈਪਟ ਕਰੀਏ ਇਹ ਗੁਰੂ ਸਾਹਿਬ ਸਾਨੂੰ ਫੋਕਸ ਕਰਕੇ ਆਨੇ ਜੋ ਤੁਤ ਭਾਵ ਹੈ ਤਾਂ ਦੇਖੋ ਉਹਦੇ 'ਚ ਥੋੜ੍ਹਾ ਜਿਹਾ ਇੱਕ ਪੱਖ ਧਿਆਨ ਦੀ ਰੱਖਣ ਦੀ ਲੋੜ ਆ ਰਾਈਟ ਕਿ ਜਿਹੜਾ ਪ੍ਰਭੂ ਨੂੰ ਪਾਉਂਦਾ ਪ੍ਰਭੂ ਨੂੰ ਕੀ ਪਾਉਂਦਾ ਅਸੀਂ ਗੁਰੂ ਕੋਲ ਸਮਝਣਾ ਰਾਈਟ ਸੋ ਸਮਾਂ ਨਹੀਂ ਅੱਗੇ ਦੇ ਰਹੇ ਜੀ ਇੱਥੋਂ ਹੀ ਅਸੀਂ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ ਕਿਉਂਕਿ ਅਗੇਨ ਇਹ ਕੋਨਸੈਪਟ ਬੜਾ ਹੀ ਇੱਕ ਇੰਪੋਰਟੈਂਟ ਕੋਨਸੈਪਟ ਹੈ ਜਿਸ ਨੂੰ ਜੇ ਅਸੀਂ ਸਮਝ ਲਈਏ ਤਾਂ ਇਸ ਨਾਲ ਸਾਡੇ ਜੀਵਨ 'ਚ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ ਸੋ ਤੁਹਾਡਾ ਧੰਨਵਾਦ ਇਸ ਵਿਸ਼ੇ ਦੇ ਇੱਥੇ ਆ ਕੇ ਗੱਲਬਾਤ ਕਰਨ ਲਈ ਅਗਲੇ ਹਫ਼ਤੇ ਇੱਥੋਂ ਹੀ ਕੰਟੀਨਿਊ ਰੱਖਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਦੇ ਸਕਦੇ ਹੋ 604-603-7575 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰੋ harpreet singh show@gmail.com ਭਾਈ ਸਾਹਿਬ ਨੂੰ ਮਿਲਣਾ ਹੋਏ ਤਾਂ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵਿੱਚ ਜਾ ਕੇ ਵੈਨਕੂਵਰ ਵਿੱਚ ਕਿਸੇ ਗੁਰਮਤ ਵਿਚਾਰ ਦੀ ਸਾਂਝ ਪਾਣੀ ਹੋਏ ਤਾਂ ਪਾ ਸਕਦੇ ਹੋ ਧੰਨਵਾਦੀਆਂ ਤੁਹਾਡੇ ਕਿ ਸਮਾਂ ਕੱਢ ਕੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ ਅਤੇ ਪ੍ਰੋਗਰਾਮ ਵਿੱਚ ਸਾਡੇ ਨਾਲ ਫੀਡਬੈਕ ਰਾਹੀਂ ਜਾਂ ਫੋਨ ਰਾਹੀਂ ਤੁਸੀਂ ਆਪਣੀ ਗੱਲਬਾਤ ਸਾਡੇ ਤੱਕ ਪਹੁੰਚਾਉਂਦੇ ਹੈਗੇ ਹੋ ਉਸ ਨਾਲ ਹੀ ਸਭ ਦੇ ਧੰਨਵਾਦੀ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਚਲਾਉਣ ਵਿੱਚ ਬਹੁਤ ਵੱਡਾ ਸਾਡਾ ਸਹਿਯੋਗ ਦੇ ਰਹੇ ਹੋ ਪਿਛਲੇ 8 ਸਾਲਾਂ ਤੋਂ ਹਰ ਰੋਜ਼ ਤੁਹਾਡੇ ਘਰਾਂ ਵਿੱਚ ਆ ਕੇ ਗੁਰਬਾਣੀ ਮੁਤਲਕ ਕੋਈ ਨਾ ਕੋਈ ਵਿਸ਼ੇ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਪਰ ਇਸ ਨੂੰ ਅੱਗੇ ਚਲਾਉਣ ਵਾਸਤੇ ਕਿਉਂਕਿ ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀਵੀ ਤੋਂ ਅਤੇ ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕਰਦੇ ਹਾਂ ਥਰੂ ਸਪੋਂਸਰਸ਼ਿਪ ਜਾਂ ਐਡਵਰਟਾਈਜ਼ਮੈਂਟ ਜੇ ਜੇਕਰ ਸਪੋਰਟ ਕਰ ਸਕੋ ਤਾਂ ਬਹੁਤ ਧੰਨਵਾਦੀ ਹੋਵਾਂਗੇ ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ